ਘਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਰੱਖੇ ਹੈ ਪਟਾਕੇ ਪਾਉਣ ਨੂੰ। ਲਓ ਜੀ, ਨਿਯਮਾਂ ਦੀ ਉਲੰਘਣਾ ਕਰ ਰਹੇ ਤੇ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਹੁਣ ਟ੍ਰੈਫਿਕ ਪੁਲਿਸ ਪਟਾਕੇ ਪਾ ਰਹੀ ਹੈ। ਤੇ ਅੱਜ ਕੱਲ੍ਹ ਜਿਹੜੇ ਨੌਜਵਾਨ ਸਿਰਫ ਪਟਾਕੇ ਮਾਰਨ ਲਈ ਹੀ ਬੁਲਟ ਲੈਂਦੇ ਨੇ, ਜਿਸ ਦੇ ਨਾਲ ਨੋਇਜ਼ ਪੋਲਿਊਸ਼ਨ ਫੈਲਦਾ ਹੈ, ਉਹਨਾਂ ਦੇ ਸ਼ਹਿਰ ਵਿੱਚ ਧੜਾਧੜ ਚਲਾਨ ਕੱਟੇ ਜਾ ਰਹੇ ਨੇ। ਇਸ ਨੂੰ ਰੋਕਣ ਲਈ ਪਟਿਆਲਾ ਦੇ ਟ੍ਰੈਫਿਕ ਇੰਚਾਰਜ ਕਰਨੈਲ ਸਿੰਘ ਦੀ ਅਗਵਾਈ ਵਿੱਚ ਸ਼ੋਰ ਕਰਨ ਵਾਲੇ ਬੁਲਟ ਸੈਲੈਂਸਰ ਚੈੱਕ ਕੀਤੇ ਗਏ। ਨੋਇਜ਼ ਪੋਲਿਊਸ਼ਨ ਫੈਲਾਉਣ ਵਾਲਿਆਂ ਦੇ ਖਿਲਾਫ ਚਲਾਨ ਵੀ ਕੱਟੇ ਗਏ ਤੇ ਕਈ ਬੁਲਟ ਮੋਟਰਸਾਈਕਲ ਟ੍ਰੈਫਿਕ ਪੁਲਿਸ ਵੱਲੋਂ ਬੌਂਡ ਵੀ ਕੀਤੇ ਗਏ ਨੇ। ਇਸ ਦੇ ਇਲਾਵਾ ਬਿਨਾਂ ਨੰਬਰੀ ਵਾਹਨਾਂ ਦੇ ਵੀ ਚਲਾਨ ਕੱਟੇ ਗਏ। ਟ੍ਰੈਫਿਕ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਡਿਫਾਲਟਰਾਂ ਨੂੰ ਨੱਥ ਪਾਉਣ ਲਈ ਇਹ ਕਦਮ ਚੁੱਕਣੇ ਜ਼ਰੂਰੀ ਸੀ। ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਵਾਰਦਾਤਾਂ ਹੋ ਰਹੀਆਂ ਔਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਾ ਤਾਂ ਨੰਬਰ ਪਲੇਟ ਰੱਖਦੇ ਆ ਔਰ ਜੇ ਨੰਬਰ ਪਲੇਟ ਹੈਗੀ ਵੀ ਹੈ ਬਿਲਕੁਲ ਛੋਟਾ ਨੰਬਰ ਲਿਖਦੇ। ਅਸੀਂ ਉਹਨਾਂ ਨੂੰ ਸਪੈਸ਼ਲ ਉਹਨਾਂ ਦੇ ਚਲਾਨ ਕੱਟ ਰਹੇ ਹਾਂ। ਇਸ ਤੋਂ ਇਲਾਵਾ ਜੇਕਰ ਬੁਲਟ ਮੋਟਰਸਾਈਕਲ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਾਂ ਉਹ ਪਟਾਕੇ ਮਾਰਨ ਵਾਲੇ, ਜੇ ਕੋਈ ਇਸ ਤਰ੍ਹਾਂ ਦਾ ਜਿਹਦੇ ਸਾਨੂੰ ਮਿਲੇ ਆ ਅਸੀਂ ਉਹਨਾਂ ਨੂੰ ਅਸੀਂ ਬਾਉਂਡ ਕੀਤਾ ਉਹਨਾਂ ਨੂੰ ਔਰ ਉਹਨਾਂ ਦੇ ਚਲਾਨ ਕੱਟੇ ਆ। ਮੈਂ ਅਪੀਲ ਕਰਦਾ ਕਿ ਜੇਕਰ ਕਿਸੇ ਦੇ ਫਿਰ ਵੀ ਅੱਜ ਦੇ ਟਾਈਮ ਘਰ ਦੇ ਵਿੱਚ ਕਿਸੇ ਬੱਚੇ ਨੇ ਪਟਾਕੇ ਮਾਰਨ ਵਾਲਾ ਬੁਲਟ ਮੋਟਰਸਾਈਕਲ ਸਲੰਸਰ ਲਗਾਇਆ ਹੋਇਆ ਉਹਨੂੰ ਅੱਜ ਹੀ ਚੇਂਜ ਕਰਨ, ਨਹੀਂ ਤਾਂ ਅਸੀਂ ਸਖ਼ਤ ਤੋਂ ਸਖ਼ਤ ਆਪਣੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਜਿਹੜੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼, ਅਸੀਂ ਕੋਈ ਵੀ ਇਹੋ ਜਿਹਾ ਮੋਟਰਸਾਈਕਲ ਨਹੀਂ ਹੋਵੇਗਾ ਜਿਹੜਾ ਕਿ ਉਹ ਸਲੰਸਰ ਪਟਾਕੇ ਵਾਲਾ ਪਾ ਕੇ ਘੁੰਮ ਰਿਹਾ ਔਰ ਜਾਂ ਉਹ ਆਪਣੇ ਵਿਦਆਊਟ ਨੰਬਰ ਕਿੱਥੋਂ ਘੁੰਮ ਰਿਹਾ। ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।